ਆਪਾਂ ਇਤਿਹਾਸ ਵਿਚਾਰਨਾ ਪਿਆ ਰਿਹਾ ਅੱਜ ਭਾਈ ਵੀਰ ਸਿੰਘ ਜੀ ਲਿਖਦੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਜਾ ਰਹੇ ਸਨ ਪੈਦਲ ਜਾਂਦੇ ਨੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਇੱਕ ਐਸੇ ਪਿੰਡ ਵਿੱਚ ਪਹੁੰਚੇ ਜਿੱਥੇ ਮਹਾਰਾਜ ਦਾ ਇੱਕ ਜ਼ਿਮੀਂਦਾਰ ਨੰਬਰਦਾਰ ਵੀ ਲਿਖਿਆ ਉਹਨੂੰ ਇਤਿਹਾਸਕਾਰਾਂ ਨੇ ਫਤਿਹ ਨਾਮ ਦਾ ਸਿੱਖ ਰਹਿੰਦਾ ਸੀ ਪ੍ਰੇਮੀ ਸੀ ਮਹਾਰਾਜ ਦਾ ਅਤੇ ਪਿਆਰਿਓ ਘੋੜੀਆਂ ਰੱਖਣ ਦਾ ਸ਼ੌਕੀਨ ਸੀ ਇਹਦੇ ਕੋਲ ਘੋੜੀਆਂ ਵੀ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਹ ਮਿਲਿਆ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਫਤਿਹ ਇੱਦਾਂ ਕਰ ਭਾਈ ਸਿੱਖਾ ਸਾਨੂੰ ਇੱਕ ਘੋੜੀ ਲਿਆ ਦੇ ਤਾਂ ਜੋ ਅਸੀਂ ਜਲਦੀ ਦੇ ਨਾਲ ਅਗਾਂਹ ਜਾ ਸਕੀਏ ਕਿਉਂਕਿ ਮਗਰ ਫੌਜ ਚੜ੍ਹੀ ਹੋਈ ਆ ਅਸੀਂ ਜਲਦੀ ਨਾਲ ਅੱਗੇ ਕੋਈ ਵਧੀਆ ਟਿਕਾਣੇ 'ਤੇ ਪਹੁੰਚ ਜਾਈਏ ਸਾਨੂੰ ਘੋੜੀ ਦੇ ਦੇ ਪਿਆਰਿਓ ਤਵਾਰਿਖ ਗੁਰੂ ਖਾਲਸਾ ਵਾਲਾ 'ਤੇ ਲਿਖਦਾ ਇਹ ਆਪਣੇ ਘਰੋਂ ਇੱਕ ਛੋਟੀ ਜਿਹੀ ਘੋੜੀ ਲੈ ਆਇਆ ਮਰੀਅਲ ਦੀ ਉਹਦੇ ਉੱਪਰ ਕਾਠੀ ਪਾ ਕੇ ਲੈ ਆਇਆ ਮਹਾਰਾਜ ਕਹਿਣ ਲੱਗੇ ਭਾਈ ਪਿਆਰਿਆ ਫਤਿਹ ਇਹ ਘੋੜੀ ਜਿਹੜੀ ਸਵਾਰੀ ਕਰਨ ਵਾਲੀ ਨਹੀਂ ਕਹਿੰਦੇ ਨੇ ਉਦੋਂ ਪਿਆਰੋ ਉਹਦੇ ਮਨ ਵਿੱਚ ਇਹ ਲਾਲਚ ਆ ਗਿਆ ਕਿ ਮੈਂ ਆਪਣੀ ਘੋੜੀ ਕਿਉਂ ਦੇਵਾਂ ਕਿਉਂਕਿ ਘੋੜੀ ਪਤਾ ਕਿਹੜੀ ਚੀਜ਼ ਹੈ ਜਿਹੜੀ ਅੱਜ ਕੱਲ੍ਹ ਮਹਿੰਗੀਆਂ ਗੱਡੀਆਂ ਨੇ ਲਿਖਿਆ ਬੇਸ਼ੱਕ ਇੱਦਾਂ ਕਿ ਗੁਰੂ ਪਾਤਸ਼ਾਹ ਜੀ ਦੇ ਸਿੰਘਾਂ ਕੋਲ ਇੱਕ ਇੱਕ ਹਜ਼ਾਰ ਰੁਪਏ ਵਾਲੀ ਘੋੜੀ ਹੁੰਦੀ ਸੀ ਪਰ ਉਹ ਇੱਕ ਹਜ਼ਾਰ ਰੁਪਈਆ ਜਿਹੜਾ ਉਸ ਵੇਲੇ ਪਿਆਰਿਓ ਬੜੀ ਅਹਿਮੀਅਤ ਰੱਖਦਾ ਸੀ ਜਿਵੇਂ ਅੱਜ ਕਰੋੜਾਂ ਦੀਆਂ ਗੱਡੀਆਂ ਨੇ ਨਾ ਲੱਖਾਂ ਦੀਆਂ ਕਰੋੜਾਂ ਦੀਆਂ ਗੱਡੀਆਂ ਇੱਦਾਂ ਉਦੋਂ ਘੋੜੇ ਹੁੰਦੇ ਸਨ ਇਹੀ ਆਵਾਜਾਈ ਦੇ ਸਾਧਨ ਸੀ ਪਿਆਰਿਓ ਅਤੇ ਮਨ ਵਿੱਚ ਲਾਲਚ ਆ ਗਿਆ ਇੱਦਾਂ ਦੇ ਵੀ ਸਿੱਖ ਨੇ ਪਿਆਰਿਓ ਜਿਹੜੇ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਦੇ ਉੱਪਰੋਂ ਵਾਰ ਦਿੰਦੇ ਕੁਰਬਾਨ ਕਰ ਦਿੰਦੇ ਨੇ ਸਤਿਗੁਰੂ ਇਹ ਮਾਇਆ 'ਤੇ ਕੁਝ ਨਹੀਂ ਮੈਂ ਤਾਂ ਤੇਰੇ ਤੋਂ ਆਪਣਾ ਆਪ ਕੁਰਬਾਨ ਕਰ ਸਕਦਾ ਪਰ ਪਿਆਰਿਓ ਵੇਖੋ ਭਾਈ ਨੰਦ ਲਾਲ ਜੀ ਉਹ ਕਹਿੰਦੇ ਨੇ ਮਹਾਰਾਜ ਤੁਹਾਡਾ ਜਿਹੜਾ ਇੱਕ ਵਾਰੀ ਇੱਦਾਂ ਪਲਕ ਝਮਕ ਕੇ ਤੁਸੀਂ ਮੇਰੇ ਵੱਲ ਵੇਖ ਲਓ ਨਾ ਅਤੇ ਮੈਂ ਆਪਣਾ ਰੋਮ ਰੋਮ ਤੇਰੇ ਤੋਂ ਵਾਰ ਸਕਦਾ ਇੱਕ ਤੇਰੇ ਝਲਕਾਰੇ ਦੇ ਵਾਸਤੇ ਵੀ ਬਾਕੀ ਤਾਂ ਗੱਲਾਂ ਦੂਰ ਇੱਕ ਤੂੰ ਝਲਕਾਰਾ ਵੀ ਸਾਨੂੰ ਦੇ ਦੇਵੇਂ ਅਤੇ ਮੈਂ ਸਭ ਕੁਝ ਕੁਰਬਾਨ ਕਰ ਦੇਵਾਂਗਾ ਇੱਦਾਂ ਦੇ ਸਿੱਖ ਵੀ ਨੇ ਉੱਥੇ ਪਿਆਰੇ ਫਤਿਹ ਜਿਹੜਾ ਹੈ ਇਹ ਵੀ ਫਤਿਹ ਵੀ ਗੁਰੂ ਸਾਹਿਬ ਜੀ ਦਾ ਸਿੱਖ ਸੀ ਪਿਆਰ ਕਰਦਾ ਸੀ ਮਹਾਰਾਜ ਨਾਲ ਪਰ ਮਨ ਡੋਲ ਗਿਆ ਇਹ ਮਨ ਐਸਾ ਭੈੜਾ ਕਿਸੇ ਵੇਲੇ ਕਿਸੇ ਵੀ ਚੀਜ਼ 'ਤੇ ਡੋਲ ਜਾਂਦਾ ਨਾ ਡੋਲੇ 'ਤੇ ਕਰੋੜਾਂ 'ਤੇ ਵੀ ਨਾ ਡੋਲੇ ਜੇ ਡੋਲਣ ਲੱਗਾ ਇੱਕ ਕੌਡੀ 'ਤੇ ਡੋਲ ਜਾਵੇ ਕਹਿੰਦੇ ਨੇ ਪਿਆਰਿਓ ਇਹਨੇ ਮਹਾਰਾਜ ਨੂੰ ਇੱਕ ਮਰੀਅਲ ਦੀ ਛੋਟੀ ਜਿਹੀ ਘੋੜੀ ਲਿਆ ਕੇ ਦੇ ਦਿੱਤੀ ਪਾਤਸ਼ਾਹ ਕਹਿਣ ਲੱਗੇ ਅਸੀਂ ਸਵਾਰੀ ਕਰਨੀ ਹੈ ਗਾਂਹ ਜਾਣਾ ਤੇਜ਼ੀ ਦੇ ਨਾਲ ਕਹਿਣ ਲੱਗਾ ਸੱਚੇ ਪਾਤਸ਼ਾਹ ਹੈ ਨਹੀਂ ਮਹਾਰਾਜ ਨੂੰ ਮਨ੍ਹਾ ਕਰ ਦਿੱਤਾ ਤਵਾਰੇ ਗੁਰੂ ਖਾਲਸਾ ਵਾਲੇ ਤਾਂ ਲਿਖਦੇ ਨੇ ਕਹਿੰਦੇ ਜਦੋਂ ਇਹ ਵਾਪਸ ਘਰੇ ਗਿਆ ਇਹਦੀ ਵਧੀਆ ਟੌਪ ਦੀ ਜਿਹੜੀ ਘੋੜੀ ਸੀ ਨਾ ਇਹਦੇ ਕੋਲ ਉਹ ਮਰੀ ਪਈ ਇੱਕ ਦਿਨ ਬੀਤਿਆ ਅਤੇ ਅਗਲੇ ਦਿਨ ਇਹਦੇ ਵੀ ਸੱਪ ਲੜ ਗਿਆ ਅਤੇ ਇਹ ਵੀ ਮਰ ਗਿਆ ਜੇਕਰ ਸੇਵਾ ਕਰ ਲੈਂਦਾ ਤਾਂ ਘੋੜੀ ਸਫਲ ਹੁੰਦੀ ਇਹਦਾ ਜੀਵਨ ਸਫਲ ਹੁੰਦਾ ਪਰ ਪਿਆਰਿਓ ਸੇਵਾ ਅਜਾਈ ਚਲੀ ਗਈ ਉਹ ਸੇਵਾ ਦਾ ਸਮਾਂ ਮਿਲਿਆ ਸੀ ਪਰ ਇਹਨੇ ਸਮਾਂ ਖੁੰਝਾ ਦਿੱਤਾ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਹਿ ਬਿਲੰਬ ਧਰਮੰ ਜਦੋਂ ਕਿਤੇ ਕੋ ਤੈਨੂੰ ਧਰਮ ਦਾ ਕਰਮ ਕਰਨ ਦਾ ਸਮਾਂ ਮਿਲ ਜਾਂਦਾ ਤਾਂ ਯਤਨ ਕਰਿਆ ਕਰ ਕਵੇਲਾ ਨਾ ਕਰਿਆ ਕਰ ਉਸ ਕੰਮ ਵਿੱਚ ਜਦੋਂ ਵੀ ਕੋਈ ਚੰਗਾ ਕੰਮ ਕਰਨ ਨੂੰ ਮਿਲ ਜਾਵੇ ਤਾਂ ਜਲਦੀ ਕਰ ਦਿਆ ਕਰ ਅਤੇ ਜੇਕਰ ਕੁਵੇਲਾ ਕਰਨਾ ਤਾਂ ਬਿਲੰਬ ਪਾਪੰ ਜੇ ਕੋਈ ਮਾੜਾ ਕਰਮ ਮਨ ਵਿੱਚ ਆਉਂਦਾ ਤਾਂ ਉਹਨੂੰ ਦੇਰੀ ਕਰ ਹੋ ਸਕਦਾ ਕਿਤੇ ਉਹ ਸਮਾਂ ਟਾਲੀ ਜਾਵੇ ਪਿਆਰੇ ਨੇ ਘੋੜੀ ਨਾ ਦਿੱਤੀ ਅਤੇ ਭਾਈ ਵੀਰ ਸਿੰਘ 'ਤੇ ਲਿਖਦੇ ਨੇ ਕਹਿੰਦੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਇੱਥੇ ਘੋੜੀ ਵਾਲੇ ਫਤਿਹ ਨੇ ਇਕੱਲਾ ਇੱਦਾਂ ਨਹੀਂ ਕੀਤਾ ਗੁਲਾਬੇ ਦੇ ਕੋਲ ਜਦੋਂ ਗਏ ਨੇ ਤਾਂ ਵੇਖੋ ਪ੍ਰੇਮੀ ਹੈ ਮਹਾਰਾਜ ਦਾ ਅਤੇ ਸੱਚੇ ਪਾਤਸ਼ਾਹ ਜੀ ਨੂੰ ਕਹਿ ਰਿਹਾ ਮਹਾਰਾਜ ਮਗਰ ਫੌਜ ਤੁਹਾਡੇ ਲੱਗੀ ਹੋਈ ਆ ਤੁਸੀਂ ਛੇਤੀ ਦੇ ਨਾਲ ਇੱਥੋਂ ਚਲੇ ਜਾਓ ਨੁਕਸਾਨ ਹੋ ਜਾਏਗਾ ਮਹਾਰਾਜ ਉੱਥੇ ਵੀ ਨਹੀਂ ਡੋਲੇ ਸੱਚੇ ਪਾਤਸ਼ਾਹ ਜੀ ਜਦੋਂ ਪਿਆਰੇ ਕੋਲੋਂ ਘੋੜੀ ਮੰਗਦੇ ਫਤਿਹ ਕੋਲੋਂ ਉੱਥੇ ਵੀ ਨਹੀਂ ਡੋਲੇ ਕਹਿੰਦੇ ਨੇ ਮਨਸੂਰ ਜਿਹੜਾ ਨਾ ਪਿਆਰੇ ਜਦੋਂ ਉਹਨੂੰ ਸਜ਼ਾ ਲੱਗੀ ਸੀ ਲੋਕਾਂ ਨੂੰ ਆਖਿਆ ਇਹਦੇ ਰੋੜੇ ਮਾਰੋ ਜਦੋਂ ਲੰਘਦਾ ਲੋਕ ਰੋੜੇ ਮਾਰਦੇ ਨੇ ਅਤੇ ਕਹਿੰਦੇ ਇਹਦਾ ਇੱਕ ਮਿੱਤਰ ਸੀ ਸਿਬਲੀ ਉਹ ਚਾਹੁੰਦਾ ਸੀ ਮੈਂ ਆਪਣੇ ਮਿੱਤਰ ਨੂੰ ਰੋੜੇ ਨਾ ਮਾਰਾਂ ਪਰ ਉਹਨੇ ਵਿਖਾਵੇ ਵਾਸਤੇ ਇੱਕ ਫੁੱਲ ਚੁੱਕ ਕੇ ਪਿਆਰਿਓ ਮਨਸੂਰ ਦੇ ਮਾਰ ਦਿੱਤਾ ਕਹਿੰਦੇ ਰੋੜਿਆਂ ਦੀ ਉਹਨੂੰ ਦਰਦ ਨਹੀਂ ਹੋਇਆ ਦੁੱਖ ਨਹੀਂ ਹੋਇਆ ਰੋੜੇ ਵੱਜਣ ਦੇ ਨਾਲ
पर जिहड़ी घड़ी अपने मित्र ने फुल मारिया तो वह प्यारे रो पिया, वह फुल वजन करके रो पिया कि मैनू इस गल का दुख नहीं सी लोग रोड़े मार दे, पर मैनू मेरे अपने मित्र ने फुल मारिया, मैनू ओदा दुख हो गया कि तू तो मैनू जानदा सी तू क्यों ये फुल मार दिता। पर कहिंदे ने गुरु गोबिंद सिंह महाराज सच्चे पातशाह गुलाबे दे घरों भी चढ़दी कला विच लंघे, महाराज सच्चे पातशाह नू फतेह ने घोड़ी नहीं दित्ती ते पातशाह उत्थों भी चढ़दी कला दे विच लंघ गए बख्शिशां वरताउंदे होए। गुलाबे दे घरों महाराज सच्चे पातशाह गए, फतेह दे घरों गए, आपां पूरन मसंद दी गल कीती सी प्यारे उहदे घरों भी सतगुरु गए ने, पर वह गुरु पातशाह जी दे पातशाह ने जो बाणी विच आख्या सतगुरां ने फरमाया वह करके भी विखा दिता। मारे कहिंदे दुख ना ही सब सुख ही है रे, एक है एक ही नित है, जां मारे कहिंदे हार ना ही सब जित है। सच्चे पातशाह कहिंदे दुख जिहड़ा है वह सानू पो नहीं सकदा जिन्ना चिर अकाल पुरख का सिर ते हथ है। सतगुरु महाराज सच्चे पातशाह जी कृपा करन कोई होर हुंदा साडे वर्गा ते इह गल कह दिंदा तेरे करके मैं आनंदपुर साहब छड्ड दित्ता, तेरे करके मैं अपना सरबंस कुरबान कर दिता, ते तू एक घोड़ी नहीं दे सकदा। देखो गुरु गोबिंद सिंह महाराज कौन ने, वह सतगुरु पातशाह जी ने जिन्हां दे कोल राजे महाराजे जिहड़े आण आण के लखां दीआं घोड़ियां भेटा करदे ने, प्यारिओ शमियाने जड़े ने झूलदे ने लखां लखां दे, ते वड्डे वड्डे बादशाह जड़े गुरु साहब दे चरणां विच आण के शीश झुकांदे आ, अज जदों उहनां नूं प्यारिओ एक घोड़ी मंगण ते ना मिली ते अपने आप नूं चढ़दी कला विच किवें गुरु साहब ने रखिआ होवेगा। महाराज सानूं सिखाउंदे ने ते चढ़दी कला विच किवें रहिणा, पर असल दे विच प्यारिओ गल्लां करनियां बड़ियां सुखालियां ने, ਜਦੋਂ ਆਪਣੇ ਆਪ 'ਤੇ ਬੀਤਦੀ ਹੈ ਪਤਾ ਉਦੋਂ ਲੱਗਦਾ ਹੈ। ਅਸਲ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਭਲਿਆ ਸਿੱਖਾ ਜੇਕਰ ਨਾਮ ਦੀ ਟੇਕ ਲਏਗਾ, ਨਾਮ ਦਾ ਆਸਰਾ ਲਏਗਾ ਤਾਂ ਜਿਹੜੇ ਦੁੱਖ ਨੇ ਇਹ ਤੈਨੂੰ ਵਿਆਪਣਗੇ ਨਹੀਂ, ਇਹਨਾਂ ਦੁੱਖਾਂ ਦੇ ਵਿੱਚ ਵੀ ਤੂੰ ਹੱਸ ਕੇ ਇਹਨਾਂ ਦੁੱਖਾਂ ਦੇ ਵਿੱਚ ਵੀ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਲਏਗਾ ਇਹਨਾਂ ਦੁੱਖਾਂ ਦੇ ਵਿੱਚ ਰਹਿੰਦਿਆਂ ਹੋਇਆ ਵੀ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਅੱਜ ਦੀ ਵਿਚਾਰ ਸੀ। ਭਾਈ ਵੀਰ ਸਿੰਘ ਜੀ ਲਿਖਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਪਣਿਆਂ ਨੇ ਇੱਦਾਂ ਕੀਤਾ ਕਈਆਂ ਨੇ, ਜਦੋਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਬੰਸ ਉਹਨਾਂ ਦੇ ਲਈ ਵਾਰ ਰਹੇ ਨੇ ਜਿਨ੍ਹਾਂ ਦੇ ਲਈ ਸਭ ਕੁਝ ਕੁਰਬਾਨ ਕਰਦੇ ਪਏ ਨੇ, ਉਹ ਵੀ ਅੱਜ ਮਹਾਰਾਜ ਨੂੰ ਕਹਿੰਦੇ ਨੇ ਗਾਂਹ ਚਲੇ ਜਾਓ। ਕਿਰਪਾਲ ਦਾ ਜਿਹੜਾ ਉਦਾਸੀ ਮਹੰਤ ਸੀ ਨਾ, ਜਦੋਂ ਉਹਦੇ ਡੇਰੇ 'ਤੇ ਗਏ ਉਹਦੇ ਜਿਹੜੇ ਅਗਲੇ ਮਹੰਤ ਸਨ ਉਹਨਾਂ ਵੀ ਕਹਿ ਦਿੱਤਾ ਮਹਾਰਾਜ ਗਾਂਹ ਚਲੇ ਜਾਓ, ਉਹਨੇ ਵੀ ਨਹੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰੋਕਿਆ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ, ਫਿਰ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੂੰ ਪੁੱਛੀਏ ਮਹਾਰਾਜ ਕੀ ਕਰੋਗੇ ਅੱਗੇ, ਅਤੇ ਪਾਤਸ਼ਾਹ ਕਹਿੰਦੇ ਉਹੀ ਕੁਝ ਜੋ ਪਹਿਲਾਂ ਕੀਤਾ, ਭਾਵ ਲੋਕਾਂ ਦਾ ਭਲਾ ਕੀਤਾ, ਜ਼ੁਲਮ ਦਾ ਵਿਰੋਧ ਕੀਤਾ, ਅੱਗੇ ਚੱਲ ਕੇ ਵੀ ਜੇ ਇਹੋ ਜਿਹਾ ਵੀ ਸਮਾਂ ਆ ਗਿਆ ਅੱਗੇ ਚੱਲ ਕੇ ਵੀ ਲੋਕਾਂ ਦਾ ਭਲਾ ਕਰਾਂਗੇ ਜੇ ਤਾਂ ਜ਼ੁਲਮ ਦਾ ਵਿਰੋਧ ਕਰਾਂਗੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਹਨ, ਧੰਨ ਹਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹ ਪਿਆਰੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਭੁੱਲਾ ਚੁੱਕਾ ਦੀ ਖਿਮਾ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ